ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਸਫਲ ਗ੍ਰਸਤੀ ਕਿਵੇਂ ਬਣੇਗੀ ਅੱਜ ਕੱਲ ਇਹ ਹੀ ਮੁੱਖ ਸਵਾਲ ਬਣਿਆ ਹੋਇਆ ਹੈ ਕਈ ਗ੍ਰਸਤੀਆਂ ਦੇ ਰਿਸ਼ਤੇ ਟੁੱਟਦੇ ਵੇਖੇ ਹਨ ਕੋਟ ਕਚੈਰੀਆਂ ਵਿੱਚ ਰੁੱਲਦੇ ਵੇਖੇ ਨੇ ਗ੍ਰਸਤੀ ਚ ਚਲਾਉਣ ਦਾ ਤਰੀਕਾ ਹੀ ਨਹੀਂ ਆ ਰਿਹਾ ਤੇ ਸਿਖਾਏਗਾ ਕੌਣ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਣਗੇ ਗ੍ਰਸਤੀ ਚ ਚਲਾਉਣੀ ਹੀ ਨਹੀਂ ਸਫਲ ਗ੍ਰਸਤੀ ਚ ਚਲਾਉਣ ਦੀ ਜਾਨ ਸਿਖਾਉਣਗੇ ਸਫਲ ਗ੍ਰਸਤੀ ਦਾ ਨੀਂ ਪਤਾ ਕੀ ਗੁਰੂ ਜੀ ਨੇ ਦੱਸਿਆ ਇੱਕ ਜੋਤ ਦੋ ਮੂਰਤੀ 20 ਸਾਲ ਹੋ ਗਏ ਗ੍ਰਸਤ ਜੀਵਨ ਨੂੰ ਅਜੇ ਤੱਕ ਖਿੱਚਾ ਤਾਣੀ ਹੀ ਚੱਲਦੀ ਪਈ ਤੂੰ ਮੈਂ ਇਹੀ ਹੋ ਰਿਹਾ ਹੈ ਖਿੱਚਾ ਤਾਣੀ ਹੀ ਚੱਲਦੀ ਆ ਰਹੀ ਹੈ ਮੁਕਦਾ ਹੀ ਨਹੀਂ ਪਿਆ ਜੀਣਾ ਹੀ ਨਹੀਂ ਆਇਆ ਹਜੇ ਤੱਕ ਸਾਥ ਸੰਗਤ ਸਾਨੂੰ ਹਜੇ ਤੱਕ ਜੀਣਾ ਨਹੀਂ ਆਇਆ ਜਿਸ ਨੇ ਸਾਨੂੰ ਸਮਝਾਉਣਾ ਸੀ ਉਸ ਕੋਲ ਤਾਂ ਅਸੀਂ ਕਦੇ ਜਾ ਕੇ ਹੀ ਨਹੀਂ ਬੈਠੇ ਜਾਂਦੇ ਪੁੱਛਦੇ ਉਸ ਕੋਲੋਂ ਕਿ ਜਿਸ ਘਰ ਦੇ ਅੰਦਰ ਪਹਿਲਾਂ ਹੀ ਅੱਗ ਲੱਗੀ ਹੋਈ ਹੈ ਨਾ ਉਹਦੇ ਕੋਲ ਜਾਂਦੇ ਪਿਆ ਵੀ ਤੂੰ ਦੱਸ ਮੈਂ ਆਪਣਾ ਜੀਵਨ ਕਿਵੇਂ ਸਫਲ ਬਣਾ ਕਿਵੇਂ ਗ੍ਰਸਥ ਜੀਵਨ ਸਫਲ ਬਣਾਵਾਂ ਜਿਹਦੇ ਘਰ ਪਹਿਲਾਂ ਹੀ ਅੱਗ ਲੱਗੀ ਪਈ ਉਹ ਤੁਹਾਨੂੰ ਕੀ ਦੱਸੇਗਾ ਗੁਰੂ ਜੀ ਕਹਿੰਦੇ ਹਨ ਤੂੰ ਮੇਰੇ ਕੋਲ ਬੈਠ ਪਿਆ ਰਿਆ ਮੈਂ ਤੈਨੂੰ ਮੱਥ ਦਿੰਦਾ ਹਾਂ ਇਹ ਸਫਲ ਦਾ ਨਿਯਮ ਹੈ ਕਿ ਇੱਕ ਜੋਤ ਤੇ ਦੋ ਮੂਰਤੀ ਬਨਜੋ ਮੂਰਤੀਆਂ ਦੋ ਨਜ਼ਰਾਂ ਪਰ ਇੱਕ ਹੀ ਹੋ ਜੋ ਇਸਤਰੀ ਦਾ ਜਿੰਨਾ ਫਰਜ ਹੈ ਉਨਾ ਹੀ ਪੁਰਖ ਦਾ ਵੀ ਹੈ ਦੋਵੇਂ ਬਰਾਬਰ ਚੱਲਣਗੇ ਤਾਂ ਹੀ ਨਿਭਣਗੇ ਕਈ ਕਹਿੰਦੇ ਹਨ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਪੁਰਖਾਂ ਨੂੰ ਕੁਝ ਨਹੀਂ ਕਿਹਾ ਸਾਰਾ ਕੁਝ ਬੀਬੀਆਂ ਨੂੰ ਹੀ ਕਿਹਾ ਵਾਹਿਗੁਰੂ ਨੇ ਜਦੋਂ ਜਗਤ ਵਿੱਚ ਝਾਤੀ ਮਾਰੀ ਸੀ ਨਾ ਤਾਂ ਉਹਨਾਂ ਪਤੀ ਪਤਨੀਆਂ ਜਰਾਏ ਇੰਨਾ ਦੋਵਾਂ ਤੋਂ ਸੰਸਾਰ ਚੱਲ ਰਿਹਾ ਇਹ ਦੋਵੇਂ ਹੀ ਹਨ ਵਾਹਿਗੁਰੂ ਨਾਰ ਵੀ ਹਨ ਤੇ ਕੰਤ ਵੀ ਉਸ ਪੁਰਖ ਦੀਆਂ ਹਨ ਜਿੱਥੇ ਨਾਰ ਸ਼ਬਦ ਆਇਆ ਸਮਝ ਜਾਓ ਦੋਵਾਂ ਬਾਰੇ ਹੀ ਗੱਲ ਕੀਤੀ ਹੈ ਉਹ ਪੁਰਖਾਂ ਵਾਸਤੇ ਵੀ ਗੱਲ ਕੀਤੀ ਹੈ ਵੈਗਰੂ ਕਹਿੰਦੇ ਮੇਰੀ ਨਿਗਾਹ ਵਿੱਚ ਕੰਥ ਤੇ ਨਾਰ ਦੋਵੇਂ ਹੀ ਬਰਾਬਰ ਹਨ ਕਈ ਥਾਵਾਂ ਤੇ ਪਖੰਡ ਰਚਿਆ ਗਿਆ ਕਿ ਪਤੀ ਪਰਮੇਸ਼ਰ ਹੁੰਦਾ ਹੈ ਬੜੀ ਪੁਰਾਣੀ ਸੋਚ ਹੈ ਜਿਸ ਕਾਰਨ ਪਤਿਆ ਨੇ ਦੁਨੀਆਵੀ ਪੁਰਖਾਂ ਨੇ ਅਤਿਆਚਾਰੀ ਹੋਣਾ ਸ਼ੁਰੂ ਕਰ ਦਿੱਤਾ ਬ੍ਰਹਮਨਿਜ਼ਮ ਇਸ ਨੇ ਹੀ ਲਾਗੂ ਕੀਤਾ ਸੀ ਆ ਪੁਰਖ ਪ੍ਰਦਾਨ ਦੇਸ਼ ਕਿ ਪੁਰਖ ਪ੍ਰਦਾਨ ਹਨ ਅਤੇ ਨਾਰੀ ਨਹੀਂ ਜੋ ਇਸਤਰੀ ਹੈ ਉਹਨੂੰ ਆਪਣੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਨਾਰੀ ਜੋ ਹੁਕਮ ਹੋਵੇਗਾ ਉਹਨੂੰ ਉਹੀ ਮੰਨਣਾ ਪਵੇਗਾ ਸਿਰ ਝੁਕਾ ਕੇ ਕਿਉਂਕਿ ਤੇਰਾ ਪਤੀ ਪਰਮੇਸ਼ਵਰ ਹੈ ਇਹ دنیਾਈ ਪੁਰਖ ਹੈ ਮੈਨੂੰ ਦੱਸੋ ਇਹ دنیਾਈ ਪੁਰਖ ਰਾਜ ਕੇ ਸ਼ਰਾਬੀ ਹੋਵੇ ਤੇ ਆਪਣਾ ਨਿਰੰਕਾਰ ਸ਼ਰਾਬੀ ਹੈ ਤੁਲਨਾ ਕਿਸ ਨਾਲ ਕਰਦੇ ਪਿਆ ਉਹ ਪੰਡਤਾ ਤੂੰ ਤਾਂ ਤੁਲਨਾ ਹੀ ਗਲਤ ਕਰਦਾ ਪਿਆ ਅਕਾਲ ਪੁਰਖ ਸ਼ਰਾਬੀ ਹੈ ਨਹੀਂ ਨਾ ਇਹ ਦੁਨੀਆਵੀ ਪੁਰਖ ਸ਼ਰਾਬੀ ਹੈ ਤਾਂ ਅਕਾਲ ਪੁਰਖ ਦੇ ਕਿਵੇਂ ਬਰਾਬਰ ਕਰ ਗਿਆ ਹੋ ਗਿਆ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਜੋ ਸਾਡੇ ਤੇ ਪਾ ਦਿੱਤੀਆਂ ਗਿਆ ਗੁਰੂ ਨਾਨਕ ਦੇਵ ਜੀ ਨੇ ਇਹੀ ਤੋੜੀਆਂ ਨੇ ਇਹੀ ਗੁਰੂ ਗੋਬਿੰਦ ਸਿੰਘ ਜੀ ਨੇ ਤੋੜੀਆਂ ਹਨ ਕਿਸੇ ਵੀ ਧਰਮ ਵਿੱਚ ਇਸ ਧਰਮ ਨੂੰ ਪੁਰਖ ਦੇ ਬਰਾਬਰ ਦਾ ਦਰਜਾ ਨਹੀਂ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਧਰਮ ਹੈ ਇੱਥੇ ਜੋ ਕੰਮ ਮੇਰਾ ਸਿੰਘ ਕਰ ਸਕਦਾ ਉਹ ਮੇਰੀ ਕੌਰ ਵੀ ਕਰ ਸਕਦੀ ਹੈ ਇਹ ਹੈ ਸਾਡੇ ਉੱਤੇ ਬਖਸ਼ਿਸ਼ ਜਿਸਿੰਗ ਪਾਠ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਅੰਮ੍ਰਿਤ ਦਾ ਅਧਿਕਾਰੀ ਹੈ ਤਾਂ ਔਰ ਵੀ ਬਰਾਬਰ ਦੀ ਹੱਕ ਰੱਖਦੀ ਹੈ ਸਮਾਨਤਾ ਹੈ ਵਾਇਗਰੂ ਕਹਿੰਦੇ ਵਿਆਹ ਵਿਆਹ ਹੋ ਗਿਆ ਪੁਰਖ ਪੁਰਵ ਹੈ ਜੇ ਪੁਰਬ ਵੱਲ ਨੂੰ ਚੱਲਦਾ ਹੈ ਤਾਂ ਨਾਰ ਪੱਛਮ ਨੂੰ ਦੋਵੇਂ ਆਪਣੀ ਆਕੜ ਵਿੱਚ ਰਹਿੰਦੇ ਨੇ ਆਦਮੀ ਬੀਵੀ ਨੂੰ ਜਲੀਲ ਕਰੀ ਜਾਂਦਾ ਤੇ ਔਰਤ ਆਦਮੀ ਨੂੰ ਜਲੀਲ ਕਰੀ ਜਾਂਦੀ ਹੈ ਆਦਮੀ ਆਪਣੇ ਘਰ ਵਾਲੀ ਤੇ ਦਿੰਦਿਆਂ ਕਰਦਾ ਤੇ ਔਰਤ ਆਪਣੇ ਘਰ ਵਾਲੇ ਦੇ ਸਾਹਿਬ ਕਹਿੰਦੇ ਹਨ ਇੱਕ ਕੱਚੇ ਰਿਸ਼ਤੇ ਹਨ ਅੱਜ ਵੀ ਟੁੱਟ ਗਏ ਤੇ ਕੱਲ ਵੀ ਟੁੱਟ ਗਏ ਤੇ ਟੁੱਟਦੇ ਹੀ ਰਹਿਣਗੇ ਜੋ ਪੂਰਬ ਪੱਛਮ ਨੇ ਬਹੁਤੇ ਲੰਮੇ ਰਿਸ਼ਤੇ ਨਹੀਂ ਚੱਲ ਸਕਣਗੇ ਉਹਨਾਂ ਦਾ ਅੰਤ ਕਚਹਿਰੀਆਂ ਵਿੱਚ ਝੂਠ ਦੇ ਥੜੇ ਉੱਤੇ ਜਾ ਕੇ ਹੋਏਗਾ ਜੋ ਕਚਹਿਰੀਆਂ ਪਹੁੰਚ ਗਏ ਜੋ ਬੰਦਾ ਗੁਰਬਾਣੀ ਨਾਲ ਜੁੜਿਆ ਉਹਨੂੰ ਵਕੀਲ ਕਹਿਣਗੇ ਝੂਠ ਬੋਲ ਉਹ ਕਹਿੰਦਾ ਜੀ ਇਹ ਤਾਂ ਝੂਠ ਹੈ ਮੈਂ ਕਿਵੇਂ ਬੋਲਾਂ ਬੀਬੀ ਨੂੰ ਵੀ ਕਿਹਾ ਜਾਂਦਾ ਹੈ ਤੋਰ ਦੇ ਤੇ ਆ ਆ ਬੋਲ ਆ ਆ ਤੋਮ ਤਾਲਾ ਆ ਆ ਲਿਖ ਨਹੀਂ ਤੇ ਕੇਸ ਹਾਰ ਜਾਵੇਗੀ ਬੀਬੀ ਨੂੰ ਵੀ ਪਤਾ ਹੁੰਦਾ ਹੈ ਕਿ ਇਹ ਸਭ ਝੂਠ ਹੈ ਤੁਹੇ ਲਿੱਕ ਤੈਨੂੰ ਮਾਰਦੇ ਸੀ ਕੁੱਟਦੇ ਸੀ ਉਹ ਕਹਿੰਦੀ ਜੀ ਤਾਂ ਹੋਇਆ ਹੀ ਨਹੀਂ ਇਹ ਨਹੀਂ ਕੀਤਾ ਕਹਿੰਦੇ ਜੇ ਇਹ ਨਹੀਂ ਵਿਖਾਵਾਂਗੇ ਤੇ ਕੇਸ ਹਾਰ ਜਾਵਾਂਗੇ ਦੱਸੋ ਜੀ ਹੱਦ ਹੋਈ ਪਈ ਐ ਨਾ ਨਾ ਚਾਹੁੰਦਿਆਂ ਹੋਏ ਵੀ ਝੂਠ ਬੋਲ ਰਹੇ ਆਂ ਨਾ ਚਾਹੁੰਦਿਆਂ ਹੋਏ ਵੀ ਨਿੰਦਿਆ ਕਰ ਰਹੇ ਆਂ ਜੇ ਐਵੇਂ ਹੀ ਨਾਤੇ ਹਨ ਤਾਂ ਗੁਰੂ ਜੀ ਕਹਿੰਦੇ ਹਨ ਮੈਂ ਨਹੀਂ ਮੰਨਦਾ ਐਵੇਂ ਦੇ ਰਿਸ਼ਤੇਆਂ ਨੂੰ ਸ਼ੁਰੂਆਤ ਹੁੰਦੀ ਕਿੱਥੋਂ ਐ ਨਿੱਕੀ ਜੀ ਗੱਲ ਤੋਂ ਤੂੰ ਤੂੰ ਮੈਂ ਮੈਂ ਤੋਂ ਅੱਜ ਪੁਰਖ ਪੱਖੀ ਸਮਾਜ ਐ ਤੈਨੂੰ ਕਰ ਤੁ ਫਿਰ ਤੈਨੂੰ ਸਭ ਕੁਝ ਮੰਨਣਾ ਪਵੇਗਾ ਨਹੀਂ ਸਤਿਗੁਰ ਨੇ ਸਾਨੂੰ ਇੱਕੋ ਚੀਜ਼ ਸਮਝਾਈ ਹੈ ਤੂੰ ਪਿਆਰ ਬਾਹਰ ਬਾਅਦ ਚ ਵੰਡ ਪਹਿਲਾਂ ਘਰ ਵਿੱਚ ਵੰਡ ਤੂੰ ਜੀ ਜੀ ਕਰਨਾ ਬਾਹਰ ਪਹਿਲਾਂ ਬੰਦ ਕਰ ਪਹਿਲਾਂ ਘਰ ਵਿੱਚ ਬੋਲ ਜੋ ਇੱਕ ਘਰ ਵਾਲਾ ਆਪਣੀ ਘਰ ਵਾਲੀ ਨੂੰ ਜੀ ਕਹਿ ਦੇਵੇ ਕੋਈ ਮਾੜੀ ਗੱਲ ਹੈ ਇਹਦੇ ਚ ਚਾਰ ਬੰਦੇ ਬੈਠੇ ਹੋਣ ਘਰ ਵਾਲੀ ਨੂੰ ਆਵਾਜ਼ ਲਗਾ ਦਿਓ ਜੀ ਕਹਿ ਕੇ ਨਾਲ ਦਾ ਦੂਜਾ ਕਹਿ ਦਿੰਦਾ ਉਹ ਵੇਖਿਆ ਜੋਰੂ ਦਾ ਗਲਾਮ ਤੇ ਉਹ ਆਪਣੇ ਘਰ ਉਹ ਹੂ ਐਵੇਂ ਦੇ ਵਰਡ ਬੋਲਦਾ ਇਹ ਕਿਸ ਚੀਜ਼ ਦੀ ਆਕੜ ਹੈ ਸਾਡੇ ਵਿੱਚ ਇਹ ਤੈਜੀਬ ਹੈ ਕਿ ਤੇਰੇ ਗੁਰੂ ਨੇ ਤੈਨੂੰ ਇਹੀ ਸਿਖਾਇਆ ਤੂੰ ਇੱਕ ਬਾਜ ਮਾਰੀ ਉਹ ਅਗੋ ਜੀ ਤੇ ਟਿੱਚਣਾ ਕਰਦੇ ਨੇ ਅਗੋ ਕਹਿਣਗੇ ਸਾਡੀ ਤਾਂ ਇਦਾਂ ਹੀ ਚੱਲਦੀ ਹੈ ਐਵੇਂ ਕਹਿ ਦੋ ਵੀ ਸਾਡੀ ਐਵੇਂ ਹੀ ਹੈ ਹੁਣ ਤੁਹਾਡੀ ਇਦਾਂ ਨਹੀਂ ਚੱਲਦੀ ਜੀ ਜੀ ਕਰਕੇ ਸਾਡਾ ਕੀ ਕਸੂਰ ਅੱਜ ਦੀ ਸੱਚਾਈ ਹੈ ਕਿੰਨੇ ਆਦਮੀਆਂ ਨੂੰ ਬਹਿਨ ਲਾਇਆ ਹੈ ਜੀ ਤੁਸੀਂ ਆਪਣੇ ਘਰ ਵਾਲੇ ਨੂੰ ਜੀ ਨਹੀਂ ਕਹਿਣਾ ਉਹ ਸਰਟੀਫਿਕੇਟ ਜਿੱਥੇ ਲਿਖਿਆ ਉਹ ਦਿਖਾਓ ਸਾਰੇ ਜਣੇ ਦੱਸੋ ਜਰਾ ਕਰ ਆਪਣਾ ਆ ਬਰਬਾਦ ਕਰਨ ਤੇ ਤੁਲੇ ਹੋਇਆ ਬਹਾਰਾ ਪੰ ਵਾਹਿਗੁਰੂ ਜੀ ਵਾਹਿਗੁਰੂ ਜੀ ਜੀ ਆਇਆਂ ਨੂੰ ਜੀ ਜੀ ਕਰਉਂਦੀਆਂ ਸਾਰੋ ਜੀ ਵਾਲਾ ਚੋਲਾ ਕਿੱਥੇ ਲਾ ਕੇ ਸੁੱਟ ਦਿੰਨੇ ਆ ਗਰਸਤੀ ਦਾ ਨਾਮ ਹੀ ਐਡਜਸਟਮੈਂਟ ਹੈ ਅਗਰ ਆਦਮੀ ਗਰਮ ਹੈ ਤਾਂ ਔਰਤ ਠੰਡੀ ਹੋ ਜਾਏ ਉਹ ਬਿਲਕੁਲ ਸ਼ਾਂਤ ਹੋ ਜਾਏ ਇਸਤਰੀ ਆਪਣੀ ਗੱਲ ਉਦੋਂ ਰੱਖੇ ਜਦੋਂ ਠੰਡਾ ਹੋ ਜਾਏ ਜੇ ਇਸਤਰੀ ਗਰਮ ਹੈ ਤਾਂ ਪੁਰਖ ਠੰਡਾ ਹੋ ਜਾਵੇ ਉਹ ਆਪਣੀ ਗੱਲ ਉਦੋਂ ਕਹੇ ਜਦੋਂ ਉਹ ਠੰਡਾ ਹੋ ਜਾਏ ਕਿ ਇਸਤਰੀ ਤਾਂ ਆਪਣੀ ਵਾਰੀ ਚੁੱਪ ਹੋਗੀ ਤੇ ਜਦੋਂ ਪੁਰਖ ਦੀ ਵਾਰੀ ਆਏ ਉਹ ਕਹੇ ਕਿ ਤੂੰ ਮੈਨੂੰ ਐਵੇਂ ਬੋਲ ਕਿਵੇਂ ਦਿੱਤਾ ਰੱਬ ਤਾਂ ਹੈ ਨਹੀਂ ਜੀ ਗਲਤੀ ਇਨਸਾਨ ਤੋਂ ਹੀ ਹੁੰਦੀ ਹੈ ਆਪਾਂ ਦੋਵੇਂ ਹੀ ਬਰਾਬਰ ਆ ਨਾ ਫਿਰ ਜਦੋਂ ਦੋਹਾਂ ਨੂੰ ਇੱਕੋ ਜਿੰਨਾ ਮਾਣ ਸਨਮਾਨ ਪ੍ਰਾਪਤ ਹੈ ਫਿਰ ਐਵੇਂ ਕਿਉਂ ਜੇ ਤੇਰੀ ਵਾਰੀ ਉਹ ਚੁੱਪ ਕਰ ਗਈ ਤਾਂ ਹੁਣ ਤੂੰ ਚੁੱਪ ਕਰ ਜਾ ਵਾਈਬਰੂ ਦੋਨਾਂ ਨੂੰ ਸਮਝਾਤ ਬਖਸ਼ ਰਹੇ ਨੇ ਗੁੱਸੇ ਵਿੱਚ ਆਪਾਂ ਸ਼ੈਤਾਨ ਹੁੰਨੇ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਕੀ ਬੋਲ ਰਹੇ ਆ ਕੀ ਨਹੀਂ ਬੋਲ ਰਹੇ ਜੇ ਗੁੱਸੇ ਵਿੱਚ ਕਿਸੇ ਨੂੰ ਸਮਝਾਵਾਂਗੇ ਅਗਰ ਉਹ ਸਮਝ ਵੀ ਗਿਆ ਤਾਂ ਵੀ ਉਹ ਆਪਣੀ ਈਗੋ ਆਪਣੇ ਹੰਕਾਰ ਕਾਰਨ ਕਦੀ ਨਹੀਂ ਮੰਨਦਾ ਕਿ ਮੈਂ ਗਲਤ ਆ ਇਸ ਕਰਕੇ ਜਦੋਂ ਕੋਈ ਗੁੱਸੇ ਵਿੱਚ ਹੋਵੇ ਅਗਾਂ ਚੁੱਪ ਹੋ ਜਾ ਅਗੋ ਬੋਲੋ ਹੀ ਨਾ ਸਮਝਾਓ ਹੀ ਨਾ ਜਦੋਂ ਬੰਦਾ ਸ਼ਾਂਤ ਹੋ ਜਾਏ ਉਦੋਂ ਸਮਝਾਓ ਤਾਂ ਕਿ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਸਕੇ ਕਿ ਹੁਣ ਦੱਸ ਕਿ ਮੈਂ ਤੈਨੂੰ ਕੀ ਬੋਲਿਆ ਸੀ ਜੋ ਤੂੰ ਮੈਨੂੰ ਐਵੇਂ ਬੋਲਿਆ ਇੱਕ ਚੁੱਪ ਹੋ ਜਾ ਕਿ ਉਹ ਘਰ ਖਰਾਬ ਕਰਨ ਤੇ ਲੱਗੇ ਇੱਥੇ ਹੁੰਦਾ ਆਪਣੀ ਤਕਰਾਰ ਸ਼ੁਰੂ ਮੂਡ ਇਹੀ ਹੈ ਤੇ ਨਤੀਜਾ ਇਹਦਾ ਮਾੜਾ ਹੀ ਹੋਏਗਾ ਜਿੱਦੀ ਸ਼ੁਰੂਆਤ ਹੀ ਮਾੜੀ ਹੈ ਨਤੀਜਾ ਵੀ ਤਾਂ ਮਾੜੀ ਹੋਵੇਗਾ ਸਤਿਗੁਰੂ ਜੀ ਤੁਹਾਡੇ ਨਿਗਾ ਵਿੱਚ ਕਿਵੇਂ ਦੇ ਵਾਇਗਰੂ ਨੂੰ ਜੇ ਆਪਾਂ ਪੁੱਛੀਏ ਵੀ ਵਾਇਗਰੂ ਤੁਹਾਡੇ ਨਿਗਾ ਵਿੱਚ ਗਰਸਤ ਜੀਵਨ ਕਿਵੇਂ ਦਾ ਹੋਵੇ ਕਹਿੰਦੇ ਇੱਕ ਜੋਤ ਤੇ ਦੋ ਮੂਰਤੀਆਂ ਘਰ ਵਿੱਚ ਹਲੇਮੀ ਆ ਗਈ ਮਿੱਠੇ ਬੋਲ ਚੁੱਪ ਰਹਿਣਾ ਆ ਗਿਆ ਇਹ ਸਫਲ ਗਰਸਤੀ ਦੀ ਨਿਸ਼ਾਨੀ ਹੈ ਵੈਗਰੂ ਇਹ ਸਾਨੂੰ ਜਾਂਚ ਦੱਸਦੇ ਹਨ ਕਿ ਇਹਦੇ ਨਾਲ ਤੋਂ ਸਫਲ ਜੀਵਨ ਜੀ ਲੇਗਾ ਅੱਜ ਹਜ਼ਾਰਾਂ ਵਿੱਚੋਂ ਕਈ ਹੋਣਗੇ ਜਿਸ ਦੀ ਸਫਲ ਗ੍ਰਸਤੀ ਹੈ ਮਾੜੀ ਮੋਟੀ ਨੋਕਜੋਕਤਾ ਚਲੋ ਹਰ ਪਰਿਵਾਰ ਵਿੱਚ ਹੀ ਚੱਲਦੀ ਰਹਿੰਦੀ ਹੈ ਥੋੜੀ ਬਹੁਤ ਨੋਕਜੋਕਤਾ ਹੋਵੇ ਤਾਂ ਹੀ ਜ਼ਿੰਦਗੀ ਦਾ ਵਧੀਆ ਲੱਗਦੀ ਹੈ ਤਾਂ ਹੀ ਮਜ਼ਾ ਆਉਂਦਾ ਪੇਕੇ ਘਰ ਜਿਸ ਘਰ ਬੱਚੀ 20 ਤੋਂ 25 ਸਾਲ ਖੇਡੀ ਉੱਥੇ ਜੰਮੀ ਪਲੀ ਉਹਦਾ ਬਚਪਨ ਬੀਤਿਆ ਸਭ ਕੁਝ ਉਹ ਇੱਕ ਸੈਕਿੰਡ ਵਿੱਚ ਪરાਇਆ ਕਰ ਦਿੰਦੀ ਹੈ ਮਾ ਪਿਓ ਪ੍ਰਾ ਪੈਣ ਕਿਸ ਨਾਲ ਰਿਸ਼ਤਾ ਜੋੜਦੇ ਇੱਕ ਪੁਰਖ ਨਾਲ ਜੋ ਜਮਾਂ ਅੰਜਾਨ ਹੈ ਸਭ ਕੁਝ ਕੁਛ ਜਿਸ ਪਿੱਛੇ ਛੱਡ ਕੇ ਆਈ ਉਹਨੇ ਵੀ ਕਦਰ ਨਾ ਆਗੋ ਪਾਈ ਪੁਰਖਾ ਤੂੰ ਕੁੜੀ ਦਾ ਬੱਚੀ ਦਾ ਤਿਆਗ ਤਾਂ ਵੇਖ ਉਹ ਤੇਰੇ ਪਿੱਛੇ ਸਭ ਕੁਝ ਛੱਡ ਕੇ ਆਈ ਹੈ ਇੱਕ ਖਿੰਨ ਮਾਤਰ ਵੀ ਮਾਨ ਵਿੱਚ ਨਹੀਂ ਆਉਂਦੇ ਆਉਂਦੇ ਸਾਰ ਜ਼ਿੰਮੇਵਾਰੀਆਂ ਗਿਣੌਣੀਆਂ ਆਰੰਭ ਕਰ ਦਿੰਨੇ ਆ ਏ ਮੇਰੇ ਚਾਚੇ, ਤਾਏ, ਮਾਪਿਓ, ਭੈਣ ਭਰਾ ਨੇ। ਤੂੰ ਇਹਨਾਂ ਨਾਲ ਐਵੇਂ ਚੱਲਣਾ। ਉਹ ਪੁਰਖਾ ਇਹ ਚੀਜ਼ ਤਾਂ ਵੈਲਿਡ ਹੋਵੇਗੀ ਜੇ ਤੂੰ ਆਪਣੇ ਘਰਦਿਆਂ ਨੂੰ ਵੀ ਉਹਨਾਂ ਹੀ ਸਮਝਾਏਂਗਾ ਕਿ ਇਹ ਵੀ ਘਰ ਵਿੱਚ ਨਵੀਂ ਐ ਤੇ ਤੁਸੀਂ ਇਸ ਨਾਲ ਐਵੇਂ ਰਹਿਣਾ। ਇੱਥੇ ਪੱਕੀ ਗੱਲ ਨਾ ਕਰਿਆ ਕਰੋ ਕਿ ਇੱਕ ਨੂੰ ਸਮਝਾਤਾ ਦੂਜੇ ਨੂੰ ਨਹੀਂ। ਸਾਰੀ ਜ਼ਿੰਮੇਵਾਰੀਆਂ ਟੈਨਸ਼ਨਾਂ ਉਸਦੇ ਸਿਰ ਉੱਤੇ ਮੜ ਦਿੱਤੀਆਂ ਤਾਂ ਉਹ ਆਪਣੇ ਘਰਦਿਆਂ ਨੂੰ ਇਹਨਾਂ ਦੱਸੋ ਨਾ। ਉਹ ਚਾਰੇ ਅਜੇ ਆਪਣੀਆਂ ਯਾਦਾਂ ਛੱਡ ਕੇ ਆਈ ਹੁੰਦੀ ਐ ਉਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ ਐ ਉਹਨੂੰ ਜ਼ਿੰਮੇਵਾਰੀਆਂ ਥਲੇ ਦਬ ਦਿੱਤਾ ਜਾਂਦਾ ਬੜਾ ਕੁਝ ਸਮਝਾਇਆ ਜਾਂਦਾ ਤਾਂ ਵੀ ਉਹ ਹੱਸ ਕੇ ਕਹਿੰਦੀ ਐ ਠੀਕ ਐ ਪਰ ਤੂੰ ਵੀ ਪੁਰਖਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲ ਤੂੰ ਵੀ ਇੱਜ਼ਤ ਕਰਨੀ ਸਿੱਖ ਜੋ ਜੋ ਤੇਰੇ ਸਾਹਮਣੇ ਖੜਾ ਐ ਉਹਨੂੰ ਵੀ ਸਮਝਾ ਕਿ ਉਹ ਨਵੀਂ ਐ ਤੁਸੀਂ ਵੀ ਐਵੇਂ ਰਹਿਣਾ ਉਹ 20 ਤੋਂ 25 ਸਾਲ ਦਾ ਜੋ ਪੂਰਾ ਨਾਤਾ ਸੀ ਰਿਸ਼ਤਾ ਸੀ ਇੱਕ ਸੈਕਿੰਡ ਵਿੱਚ ਉਹ ਤੋਂ ਛੱਡ ਕੇ ਆ ਗਿਆ ਜਦੋਂ ਕਈ ਕਹੇ ਨਾ ਕਿ ਘਰਦਿਆਂ ਨੇ ਇਦਾਂ ਕੀਤਾ ਤਾਂ ਪਹਿਲਾਂ ਪੁੱਛੋ ਕੀ ਇਹ ਗੱਲ ਹੈ ਦਸਤੋ ਕੀਤੀ ਉਹ ਸੱਚ ਦੱਸ ਦੇਗੀ ਦੋਨੋਂ ਨੂੰ ਆਮਨੇ ਸਾਹਮਨੇ ਇਕੱਠਾ ਕਰਾ ਦਿਓ ਜਿਸ ਦਾ ਕਸੂਰ ਹੈ ਉਹ ਆਪ ਹੀ ਹੋ ਜਾਏਗਾ ਪਰ ਹੁੰਦਾ ਕੀ ਹੈ ਬੱਚੀ ਨਾ ਹੁੰਦੀ ਸਾਡਾ ਡਾਂਟਣਾ ਸ਼ੁਰੂ ਕਰ ਦਿੱਤਾ ਜਾਂਦਾ ਹਾਂ ਵੀ ਤੂੰ ਐਵੇਂ ਕਿਹਾ ਸੀ ਤੂੰ ਮੇਰੀ ਮਾਤਾ ਨੂੰ ਤੂੰ ਮੇਰੇ ਪਿਤਾ ਨੂੰ ਤੂੰ ਮੇਰੇ ਭੈਣ ਭਰਾ ਨੂੰ ਐਵੇਂ ਕਿਹਾ ਸੀ ਪਰ ਕਈ ਥਾਵਾਂ ਤੇ ਬੱਚੀਆਂ ਵੀ ਗਲਤ ਹੁੰਦੀਆਂ ਨੇ ਉਹਨਾਂ ਨੂੰ ਤਹਿਜ਼ੀਬ ਨਹੀਂ ਆਉਂਦੀ ਬੋਲਣ ਵਰਤਨ ਦੀ ਫਿਰ ਉਹ ਆਪਣੇ ਘਰ ਵਾਲਿਆਂ ਨਾਲ ਲੜਦੀਆਂ ਹਨ ਤਾਮੀ ਐਵੇਂ ਕਰੋ ਤੂੰ ਪੁੱਛ ਕਿ ਇਹ ਗੱਲ ਹੋਈ ਏ ਫਿਰ ਆਮਣੇ ਸਾਹਮਣੇ ਕਰੋ ਇਹ ਪੁਰਖ ਨੂੰ ਬੜਾ ਸਿਆਣਾ ਤੇ ਸੂਝਵਾਨ ਹੋ ਕੇ ਤੁਰਨਾ ਪਵੇਗਾ ذات ਬੁੱਧੀ ਨਾਲ ਨਹੀਂ ਜਿੱਥੇ ਘਰ ਵਾਲੀ ਲਈ ਫਰਜ਼ ਨੇ ਨਾ ਉਹਨਾਂ ਪਰਿਵਾਰ ਵਿੱਚ ਰਹਿਣ ਵਾਲਿਆਂ ਦੇ ਵੀ ਫਰਜ਼ ਨੇ ਇਸ ਲਈ ਵਾਈਕਰੂ ਕਹਿੰਦੇ ਨੇ ਪਿਆਰ ਘਰੋਂ ਬਾਹਰ ਬਾਤ ਚ ਵੰਡਣਾ ਆਰੰਭ ਕਰੋ ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰੋ ਘਰ ਵਿੱਚ ਜੀ ਤੇ ਇਹ ਪਿਆਰ ਲੈ ਕੇ ਆਓ ਆਪੇ ਸਭ ਕੁਝ ਠੀਕ ਹੋ ਜਾਏਗਾ ਇਹੀ ਗ੍ਰਸਥ ਜੀਵਨ ਦਾ ਸਭ ਤੋਂ ਸਫਲ ਨਿਯਮ ਹੈ ਪਿਆਰ ਚੁੱਪ ਜੀ ਅਤੇ ਸਭ ਨਾਲ ਇਕਜੁੱਟ ਹੋ ਕੇ ਰਹਿਣਾ ਮਨ ਵਿੱਚ ਫਰਕ ਨਹੀਂ ਕੋਈ ਗੱਲ ਮਨ ਵਿੱਚ ਬਿਠਾ ਕੇ ਨਹੀਂ ਰੱਖਣੀ ਛੱਡ ਦਿਓ ਅਤੇ ਸੁਖੀ ਜੀਵਨ ਜੀਓ